ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੱਲ ਕਰਦੇ ਹਾਂ ਬੀਬਾ ਹਰਸਿਮਰਤ ਕੌਰ ਬਾਦਲ ਨੰਨੀ ਸ਼ਾਨ ਦੀ। ਅੱਜ ਮੈਂ ਜਿਹੜੀ ਗਰਾਊਂਡ ਲੈਵਲ 'ਤੇ ਰਿਪੋਰਟ ਲਈ ਹੈ ਬੁਢਲਾਡਾ ਹਲਕੇ ਦੇ ਪਿੰਡਾਂ ਦੇ ਵਿੱਚੋਂ, ਵਿਧਾਨ ਸਭਾ ਹਲਕਾ, ਅਤੇ ਉੱਥੇ ਕੁਝ ਬਜ਼ੁਰਗਾਂ ਦੇ ਨਾਲ ਗੱਲਬਾਤ ਹੋਈ ਅਤੇ ਮੈਂ ਜਦੋਂ ਉੱਥੇ ਜਾ ਕੇ ਬੋਲਿਆ, ਮੈਂ ਕਿਹਾ ਵੀ ਜਿਹੜੀ ਆ ਨੰਨੀ ਸ਼ਾਂ ਕੇਸਰੀ ਦੁਪੱਟਾ ਲੈ ਕੇ ਬੀਬੀ ਆਈ ਹੈ ਤੁਹਾਡੇ ਕੋਲ ਵੋਟਾਂ ਮੰਗਣ ਵਾਸਤੇ, ਜਿਹੜੀ ਹੱਥ ਜੋੜ ਕੇ ਕਹਿੰਦੀ ਹੈ ਇੱਕ ਮੌਕਾ ਹੋਰ ਦੇ ਦਿਓ, ਪੰਜਾਬ ਦੀ ਸੇਵਾ ਕਰਨੀ ਹੈ। ਅਤੇ ਮੈਂ ਉੱਥੇ ਜਾ ਕੇ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ, ਮੈਂ ਕਿਹਾ ਵੀ ਜਿਹੜਾ ਇਹਦਾ ਭਰਾ ਹੈਗਾ ਬਿਕਰਮ ਸਿੰਘ ਮਜੀਠੀਆ, ਉਹਨੇ ਹਜ਼ਾਰਾਂ ਨੌਜਵਾਨ ਪੰਜਾਬ ਦਾ ਚਿੱਟੇ ਦੀ ਭੇਟ ਚੜ੍ਹਾ ਦਿੱਤਾ, ਜਾਣੀ ਕਿ ਹਜ਼ਾਰਾਂ ਨੌਜਵਾਨ ਦੀ ਮੌਤ ਹੋ ਗਈ ਚਿੱਟਾ ਲਾ ਕੇ। ਇਹ ਬਿਕਰਮ ਸਿੰਘ ਜਿਹੜਾ ਮਜੀਠੀ ਹੈ, ਚਿੱਟੇ ਦਾ ਤਸਕਰ ਹੈ, ਨਸ਼ਿਆਂ ਦਾ ਸੌਦਾਗਰ ਹੈ। ਅਤੇ ਉਹ ਬਜ਼ੁਰਗ ਕਹਿੰਦੇ ਗਿਆਨੀ ਜੀ, ਅਸੀਂ ਜਿਹੜੀਆਂ ਕੁੜੀਆਂ ਦੇ ਰਿਸ਼ਤੇ ਕੀਤੇ ਸੀ ਬੇਟੀਆਂ ਦੇ, ਉਹਨਾਂ ਵਿੱਚੋਂ ਕੁਝ ਮੁੰਡੇ ਕਹਿੰਦੇ ਨਸ਼ੇੜੀ ਨਿਕਲੇ, ਉਹਨਾਂ ਦੀ ਮੌਤ ਹੋ ਗਈ। ਸਾਡੇ ਪਿੰਡ ਦੀਆਂ ਕਹਿੰਦੇ 5-7 ਕੁੜੀਆਂ ਪੇਕੇ ਘਰ ਬੈਠੀਆਂ ਨੇ, ਜਾਣੀ ਕਿ ਐਡਾ ਵੱਡਾ ਜੁਰਮ ਕੀਤਾ ਹੈ। ਉਹਨੇ 5-7 ਪਿੰਡਾਂ ਦੇ ਹੋਰ ਵੀ ਨਾਂ ਗਿਣਾਤੇ, ਕਹਿੰਦਾ ਉਹ ਮੁੰਡੇ ਚਿੱਟਾ ਲਾਉਂਦੇ ਸੀ ਅਤੇ ਉਹਨਾਂ ਦੀ ਮੌਤ ਹੋ ਗਈ, ਕੁੜੀਆਂ ਪੇਕੇ ਘਰਾਂ ਦੇ ਵਿੱਚ ਬੈਠੀਆਂ ਨੇ। ਜਾਣੀ ਕਿ ਐਡਾ ਵੱਡਾ ਜੁਰਮ ਜਿਹੜਾ ਹੈ ਇਹ ਨੰਨੀ ਸ਼ਾਨ ਦੇ ਭਰਾ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਹੋਇਆ ਹੈ। ਹਜ਼ਾਰਾਂ ਕਰੋੜ ਦਾ ਚਿੱਟੇ ਦਾ ਵਪਾਰ ਕੀਤਾ ਇਹਨੇ। ਹਲੇ ਗੱਲ ਚੱਲਦੀ ਸੀ ਅਤੇ ਇੱਕ ਮਾਤਾ ਕਹਿਣ ਲੱਗੀ, ਗਿਆਨੀ ਜੀ ਹਲੇ ਤੁਹਾਨੂੰ ਹੋਰ ਨਹੀਂ ਪਤਾ ਇਹਨਾਂ ਦਾ? ਮੈਂ ਕਿਹਾ ਦੱਸੋ। ਉਹ ਕਹਿੰਦੀ ਹਰਸਿਮਰਤ ਕੌਰ ਬਾਦਲ ਦੇ ਜਿਹੜੇ ਬੰਦੇ ਹੈ ਉਹ ਪਿੰਡਾਂ ਦੇ ਵਿੱਚ ਪੈਸੇ ਬਣਦੇ ਫਿਰਦੇ ਆ ਵੋਟਾਂ ਖਰੀਦਣ ਵਾਸਤੇ। ਚਲੋ, ਉਸ ਮਾਤਾ ਨੇ ਜਿਹੜੀ ਗੱਲ ਕੀਤੀ ਉਹ ਤਾਂ ਮੈਂ ਗੱਲ ਸੁਣ ਲਈ, ਪਰ ਮੈਂ ਜਿਹੜੀ ਗੱਲ ਕਹਿਣ ਲੱਗਾ, ਜਿਹੜੀ ਮੇਰੇ ਕੋਲ ਹੋਰ ਰਿਪੋਰਟ ਆਈ ਹੈ, ਉਹ ਕੀ ਆਈ ਹੈ, ਜਿਹੜੇ ਪਿੰਡਾਂ ਦੇ ਲੋਕ ਇਹਨਾਂ ਤੋਂ ਪੈਸੇ ਲੈਣਗੇ ਵੋਟਾਂ ਪਾਉਣ ਵਾਸਤੇ, ਉਹਨਾਂ ਨੂੰ ਬੇਨਤੀ ਕਰਦਾ। ਇੱਕ ਬਹੁਤ ਪੁਰਾਣੇ ਬਜ਼ੁਰਗ ਸੀ, ਉਹਨਾਂ ਨੇ ਨਾ ਇੱਕ ਛੋਟੀ ਜਿਹੀ ਕਹਾਵਤ ਬਣਾਈ ਹੋਈ ਸੀ, ਕਹਿੰਦੇ ਗੁਰੂ ਘਰ ਦੀਆਂ ਰੋਟੀਆਂ, 3 ਕੰਮ ਕਰੇਣ, ਮੱਤ ਮਾਰਨ, ਹੱਡ ਭੰਨਣ, ਕੰਮ ਕਰਨ ਦੇਣ। ਜਿਹੜਾ ਗੁਰੂ ਘਰ ਦਾ ਚੜ੍ਹਾਵਾ ਹੈ ਨਾ, ਜਿਹੜਾ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਹੈ, ਅਤੇ ਉੱਥੇ ਪਤਾ ਨਹੀਂ ਕਿੱਦਾਂ ਦੇ ਲੋਕ ਜਾ ਕੇ ਅਰਦਾਸਾਂ ਬੇਨਤੀਆਂ ਕਰਦੇ ਨੇ, ਅਤੇ ਉਸ ਗੁਰੂ ਘਰ ਦੇ ਪੈਸੇ ਨੇ ਬਾਦਲ ਪਰਿਵਾਰ ਦੀ ਮੱਤ ਮਾਰੀ ਹੋਈ ਹੈ। ਬਾਦਲ ਪਰਿਵਾਰ ਦਾ ਇਹ ਕਹਿ ਲਈਏ ਕਿ ਸਾਰਾ ਟੱਬਰ ਕਮਲਾ ਹੋਇਆ ਫਿਰਦਾ, ਪਾਗਲ ਹੋਇਆ ਫਿਰਦਾ। ਅਤੇ ਹੁਣ ਜੇ ਉਹ ਗੁਰੂ ਘਰਾਂ ਦੇ ਪੈਸੇ ਦਾ ਇਹ ਬਾਦਲ ਪਰਿਵਾਰ 'ਤੇ ਅਸਰ ਪੈ ਗਿਆ, ਪਰਿਵਾਰ ਕਮਲਾ ਹੋਇਆ ਫਿਰਦਾ, ਥਰ ਦਰ ਦਰ 'ਤੇ ਜਾ ਕੇ ਠੋਕਰਾਂ ਖਾਂਦੇ ਫਿਰਦੇ ਨੇ, ਕਿਤੇ ਮਾਫੀਆਂ ਮੰਗਦੇ ਆ, ਕਿਤੇ ਕੁਛ ਕਰਦੇ ਆ, ਹੁਣ ਜਿਹੜਾ ਪੈਸਾ ਇਹ ਹਰਸਿਮਰਤ ਕੌਰ ਬਾਦਲ ਦੇ ਬੰਦੇ ਲੋਕਾਂ ਨੂੰ ਦੇਣਗੇ ਵੋਟਾਂ ਖਰੀਦਣ ਵਾਸਤੇ,
ਮੈਂ ਉਹਨਾਂ ਵੋਟਰਾਂ ਨੂੰ ਬੇਨਤੀ ਕਰਦਾ ਕਿ ਇਹ ਗੁਰੂ ਘਰ ਦਾ ਪੈਸਾ ਹੈ, ਇਹਨਾਂ ਨੇ ਬਾਦਲ ਪਰਿਵਾਰ ਦਾ ਬੇੜਾ ਬਹਾਤਾ ਇਸ ਪੈਸੇ ਨੇ। ਤੁਸੀਂ ਐਵੇਂ 2-4 ਹਜ਼ਾਰ ਰੁਪਈਆ ਲੈ ਕੇ ਵੋਟ ਨਾ ਪਾ ਦਿਓ, ਇਹ ਗੁਰੂ ਘਰ ਦਾ ਪੈਸਾ ਹੈ, ਇਹ ਹਾਜ਼ਮ ਨਹੀਂ ਹੋਣਾ, ਪਰਿਵਾਰਾਂ ਦਾ ਮਲੀਆ ਮੇਟ ਹੋ ਜਾਓ, ਇਹਨਾਂ ਨੂੰ ਕੋਈ ਪਰਵਾਹ ਨਹੀਂ। ਇਹ ਜਿਹੜਾ ਵੋਟਾਂ ਖਰੀਦਣ ਵਾਸਤੇ ਪੈਸਾ ਦੇਣਗੇ ਨਾ, ਇਹ ਆਪਣੇ ਘਰੋਂ ਨਹੀਂ ਦੇਣਗੇ। ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ, ਲੋਕਾਂ ਦਾ ਪੈਸਾ, ਸੰਗਤ ਦਾ ਪੈਸਾ, ਉਹਦੇ ਵਿੱਚੋਂ ਇਹ ਵੰਡਣਗੇ ਪੈਸੇ, ਇਹ ਸੱਚਾਈ ਹੈ। ਅਤੇ ਜਿਹੜੇ ਵੋਟਰ ਵੋਟਾਂ ਵੇਚਣਗੇ ਪੈਸੇ ਲੈ ਕੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਮਾੜੀ ਮੋਟੀ ਆਪਣੀ ਜਗੀਰ ਜਿਹੜੀ ਹੈ ਨਾ, ਜ਼ਮੀਰ ਜਿਹੜੀ ਹੈ ਨਾ, ਉਹਨੂੰ ਜਗਾ ਲਓ। ਜਗੀਰ ਤੋਂ ਭਾਵ ਕੀ ਹੈ ਅਤੇ ਜ਼ਮੀਰ ਤੋਂ ਭਾਵ ਕੀ ਹੈ? ਜਦੋਂ ਬਾਦਲ ਮੁੱਖ ਮੰਤਰੀ ਸੀ ਪੰਜਾਬ ਦੇ, ਅਤੇ ਉਦੋਂ ਸੁੱਖਾ ਗੱਪੀ ਨਾ ਕਾਲੇ ਕਾਲੇ ਵਿੱਚ ਜ਼ਮੀਰ ਨੂੰ ਜਗੀਰ, ਜਗੀਰ ਨੂੰ ਜ਼ਮੀਰ, ਇਹ ਸ਼ਬਦ ਵਰਤਾ ਰਿਹਾ, ਜਾਣੀ ਕਿ ਕਮਲੇ ਹੋਏ ਫਿਰਦੇ ਨੇ। ਅਤੇ ਹੁਣ ਤੁਸੀਂ ਆਪਣੀ ਜ਼ਮੀਰ ਜਿਹੜੀ ਹੈ ਨਾ ਉਹ ਜਗਾ ਲਓ, ਇਹ ਗੁਰੂ ਘਰ ਦਾ ਪੈਸਾ। ਮੈਂ ਅੱਜ ਬੋਲ ਕੇ ਆਇਆ, ਜਿਹੜੇ ਸਾਡੇ ਪੰਜਾਬ ਦੇ ਹਾਲਾਤ ਬਣੇ ਨੇ ਨਾ, ਜੇ ਕਿਤੇ ਇਹਨਾਂ ਨੂੰ ਕੌਮ ਦੇ ਨਾਲ, ਪੰਜਾਬ ਦੇ ਨਾਲ ਮਾੜਾ ਮੋਟਾ ਵੀ ਦਰਦ ਹੁੰਦਾ। ਜਿਹੜਾ 80% ਪੈਸਾ ਸ਼੍ਰੋਮਣੀ ਕਮੇਟੀ ਦਾ ਬਜਟ ਇਹ ਆਪਣੇ ਹਿੱਤਾਂ ਲਈ ਵਰਤ ਰਹੇ ਨੇ, ਸਿਆਸੀ ਚੋਣਾਂ ਦੇ ਵਿੱਚ ਵਰਤ ਰਹੇ ਨੇ ਇਸ ਵਕਤ, ਜਾਂ ਪਹਿਲਾਂ ਵਰਤਿਆ, ਜੇ ਕਿਤੇ ਇਹਨਾਂ ਨੇ ਸ਼੍ਰੋਮਣੀ ਕਮੇਟੀ ਦਾ ਬਜਟ 80% ਪੰਜਾਬ ਦੇ ਹਿੱਤਾਂ ਲਈ ਵਰਤਿਆ ਹੁੰਦਾ ਨਾ, ਹਜ਼ਾਰਾਂ ਸਕੂਲ ਖੋਲ੍ਹੇ ਜਾ ਸਕਦੇ ਸੀ ਅਤੇ ਹਜ਼ਾਰਾਂ ਹੋਸਪਿਟਲ ਖੋਲ੍ਹੇ ਜਾ ਸਕਦੇ ਸੀ। ਪਰ ਇਹਨਾਂ ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਦਾ ਸਾਰਾ ਪੈਸਾ ਆਪਣੇ ਹਿੱਤਾਂ ਲਈ ਵਰਤਿਆ, 1% ਵੀ ਇਹਨਾਂ ਨੂੰ ਕੌਮ ਦੇ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ, ਇਹਨਾਂ ਨੂੰ ਕੇਵਲ ਕੁਰਸੀ ਚਾਹੀਦੀ ਹੈ। ਇਹ ਗੱਲ ਮੈਂ ਤਾਂ ਕੀਤੀ ਹੈ ਕਿਉਂਕਿ ਜਿੰਨਾ ਵੀ ਪੈਸਾ ਤੁਹਾਨੂੰ ਵੋਟਾਂ ਖਾਤਰ ਇਹ ਵੰਡਣਗੇ, ਸ਼ਰਾਬਾਂ ਪਿਆਉਣਗੇ, ਪੁੱਕੀ ਚੱਲੂ, ਫੀਮ ਚੱਲੂ, ਉਹ ਸਾਰਾ ਪੈਸਾ ਗੁਰੂ ਘਰ ਦੀਆਂ ਗੋਲਕਾਂ ਵਿੱਚੋਂ ਆ ਰਿਹਾ। ਅਤੇ ਨਾਨੀ ਸ਼ਾਨ ਜਦੋਂ ਹੱਥ ਜੋੜ ਕੇ ਖੜ੍ਹਦੀ ਹੈ, ਕੇਸਰੀ ਦੁਪੱਟਾ ਲਿਆ ਹੋਇਆ ਹੁਣ, ਅਤੇ ਹੁਣ ਕਹਿੰਦੀ ਫਿਰਦੀ ਹੈ ਮੈਂ ਪੰਥਕ ਉਮੀਦਵਾਰ ਹਾਂ ਅਤੇ ਮੇਰਾ ਪਰਿਵਾਰ ਜਿਹੜਾ ਉਹ ਪੰਥਕ ਹੈ, ਮੈਂ ਪੰਥਕ ਪਰਿਵਾਰ ਦੀ ਧੀ ਹਾਂ, ਇਹ ਕਹਿੰਦੀ ਫਿਰਦੀ ਹੈ। ਅਤੇ ਹੁਣ ਮੈਨੂੰ ਸੇਵਾ ਦਾ ਮੌਕਾ ਦੇ ਦਿਓ। ਜਿਹੜੇ ਜਹਾਜ਼ਾਂ ਤੋਂ ਨਹੀਂ ਉਤਰਦੇ ਸੀ ਨਾ, ਅਤੇ ਹੁਣ ਲੋਕਾਂ ਦੇ ਡੋਰ ਟੂ ਡੋਰ ਘਰ ਜਾ ਰਹੀ ਹੈ, 15 ਵਾਰੀ ਰੁਮਾਲ ਦੇ ਨਾਲ ਮੂੰਹ ਪੂੰਝਣਾ ਪੈਂਦਾ ਕਿਉਂਕਿ ਅੱਗੇ ਤਾਂ ਏ ਸੀ ਗੱਡੀ 'ਚੋਂ ਉਤਰਦੀ ਨਹੀਂ ਸੀ। ਜਾਣੀ ਕਿ ਜਿਹੜੀ ਗੱਲਬਾਤ ਮੈਂ ਅੱਜ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿੰਨਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕ ਢਾਂਚਾ ਹੈਗਾ ਉਹ ਸਾਰਾ ਇਹਨਾਂ ਤੋਂ ਦੁਖੀ ਹੈ। ਮੈਨੂੰ ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮਾਂ ਨੇ ਫੋਨ ਕੀਤੇ ਸਪੈਸ਼ਲ, ਕਹਿੰਦੇ ਸਾਡਾ ਖਹਿੜਾ ਛਡਾਲੋ ਇਹ ਬਾਦਲ ਪਰਿਵਾਰ ਦੇ ਕੋਲੋਂ। ਕਹਿੰਦੇ ਸਾਨੂੰ ਜਿਵੇਂ ਪ੍ਰਵਾਸੀ ਮਜ਼ਦੂਰ ਨੇ ਪੰਜਾਬ ਦੇ ਵਿੱਚ ਰਹਿੰਦੇ, ਕੋਈ ਵਿਚਾਰਾ ਗੋਲ ਗੱਪਿਆਂ ਦੀ ਰੇਹੜੀ ਲਾਉਂਦਾ, ਕੋਈ ਆਂਡਿਆਂ ਦੀ ਰੇਹੜੀ ਲਾਉਂਦਾ, ਕੋਈ ਸਬਜ਼ੀ ਵੇਚਦਾ, ਕਹਿੰਦੇ ਉਦੋਂ ਵੀ ਭੈੜੀ ਹਾਲਤ ਹੈ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ, ਜਿਹੜੇ ਪ੍ਰਬੰਧ ਦੇ ਹੇਠ ਗੁਰਦੁਆਰੇ ਆਉਂਦੇ ਉਹਨਾਂ ਗੁਰਦੁਆਰੇ ਵਿੱਚ।
ਮੈਨੂੰ ਫੋਨ ਕਿਉਂ ਕਰਦੇ ਨੇ? ਕਿਉਂਕਿ ਮੈਂ ਬੇਵਾਕ ਕਹਿ ਦਿੰਦਾ, ਮੈਂ ਡਰਦਾ ਦੁਰਦਾ ਬਹੁਤ ਘੱਟ ਹਾਂ। ਜਾਣੀ ਕਿ ਜਿਹੜੇ ਹਾਲਾਤ ਬਾਦਲ ਪਰਿਵਾਰ ਨੇ ਬਣਾਏ ਹੋਏ ਨੇ ਨਾ, ਜਦੋਂ ਦਾ ਸੱਤਾ ਤੋਂ ਬਾਹਰ ਹੋਇਆ ਤਕਰੀਬਨ 7.5-7 ਸਾਲ ਹੋ ਗਏ ਸੱਤਾ ਤੋਂ ਬਾਹਰ ਹੋਇਆ ਨੂੰ, ਅਤੇ ਉਦੋਂ ਦਾ ਇਹ ਸਾਰਾ ਪਰਿਵਾਰ ਪਜਲ ਹੋਇਆ ਫਿਰਦਾ ਵੀ ਕਿਵੇਂ ਕੁਰਸੀ ਬਣੇ ਮਿਲੇ, ਕਿਵੇਂ ਕੁਰਸੀ ਮਿਲੇ। ਸਾਰੇ ਪਰਿਵਾਰ ਦਾ ਦਿਮਾਗ ਹੱਲਿਆ ਹੋਇਆ। ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਦੁਨੀਆਂ ਦੇ ਵਿੱਚ ਨਹੀਂ ਰਹੇ, ਅਤੇ ਜਦੋਂ ਉਹ ਦੁਨੀਆਂ ਤੋਂ ਗਏ ਨੇ ਨਾ, ਅਤੇ ਉਦੋਂ ਵੀ ਕਹਿੰਦੇ ਦਿਮਾਗੀ ਤੌਰ 'ਤੇ ਪਰੇਸ਼ਾਨੀ ਸੀ ਉਹਨਾਂ ਨੂੰ। ਜਾਣੀ ਕਿ ਆਹ ਹਾਲਤ ਜਿਹੜੀ ਹੈ ਨਾ ਬਾਦਲ ਪਰਿਵਾਰ ਦੀ ਹੋਈ ਪਈ ਹੈ। ਇਹ ਹਾਲਤ ਪਤਾ ਕਿਹਨੇ ਕੀਤੀ ਹੈ? ਇਹ ਜਿਹੜਾ ਦਰਬਾਰ ਸਾਹਿਬ ਦਾ ਪੈਸਾ ਇਕੱਠਾ ਹੁੰਦਾ ਆਮ ਲੋਕਾਂ ਦਾ, ਉਹ ਪੈਸੇ ਨੇ ਮੱਤ ਮਾਰੀ ਹੈ, ਅਤੇ ਹੁਣ ਉਹੀ ਪੈਸਾ ਇਹਨਾਂ ਨੇ ਜਿਹੜਾ ਗੁਰਦੁਆਰਿਆਂ ਦੇ ਵਿੱਚੋਂ ਲੁੱਟ ਖਸੁੱਟ ਕੀਤੀ ਹੋਈ ਇਕੱਠਾ ਕੀਤਾ ਹੋਇਆ, ਵੋਟਾਂ ਖਰੀਦ ਰਹੇ ਨੇ ਹਰਸਿਮਰਤ ਕੌਰ ਬਾਦਲ ਵਾਸਤੇ ਗੁਰਦੁਆਰਿਆਂ ਦਾ ਪੈਸਾ ਦੇ ਕੇ। ਜਿੰਨੇ ਵੀ ਵੋਟਰ ਨੇ, ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਜੇ ਉਹ ਪੈਸਾ ਗੁਰਦੁਆਰਿਆਂ ਦੇ ਬਾਦਲ ਪਰਿਵਾਰ ਦੀ ਮੱਤ ਮਾਰ ਸਕਦਾ, ਇਹਨਾਂ ਦਾ ਬੇੜਾ ਗਰਕ ਕਰ ਸਕਦਾ, ਫਿਰ ਤੁਸੀਂ ਕਿੱਦਾਂ ਬਚੋਗੇ? ਉਹ ਪੈਸਾ ਲਓਗੇ ਅਤੇ ਤੁਸੀਂ ਐਵੇਂ ਕਿਉਂ ਆਪਣੇ ਆਪ ਨੂੰ ਦੋਸ਼ੀ ਬਣਾਉਂਦੇ ਹੋ? ਜੇ 2-4 ਹਜ਼ਾਰ ਵੋਟ ਦਾ ਦੇ ਵੀ ਦੇਣਗੇ, ਕਿੰਨਾ ਕੁ ਚਿਰ ਚਲਾਓਗੇ ਉਹ ਪੈਸਾ? ਗੁਰੂ ਘਰ ਦਾ ਪੈਸਾ ਉਹ, ਅਤੇ ਗੁਰੂ ਘਰ ਦੇ ਕਾਰਜਾਂ ਲਈ ਉਹ ਪੈਸਾ ਲੱਗਣਾ ਚਾਹੀਦਾ, ਕਿਸੇ ਲੋੜਵੰਦ ਲਈ ਲੱਗਣਾ ਚਾਹੀਦਾ, ਪਰ ਤੁਸੀਂ ਉਹ ਪੈਸਾ ਲੈ ਕੇ ਵੋਟਾਂ ਵੇਚੋਗੇ, ਕੀ ਤੁਹਾਡੀ ਜ਼ਮੀਰ ਤੁਹਾਨੂੰ ਇਜਾਜ਼ਤ ਦਿੰਦੀ ਹੈ? ਜਿਹੜੇ ਬੱਚੇ ਤੁਸੀਂ ਸਕੂਲਾਂ ਵਿੱਚ ਪੜ੍ਹਾਉਣੇ ਨੇ, ਜਿਵੇਂ ਸੁਖਬੀਰ ਬਾਦਲ ਦਾ ਮੁੰਡਾ ਕਮਲਾ ਹੋਇਆ ਫਿਰਦਾ, ਆਪ ਕਮਲਾ ਹੋਇਆ ਫਿਰਦਾ, ਅਤੇ ਉੱਦਾਂ ਹੀ ਤੁਹਾਡੇ ਬੱਚੇ ਹੋ ਜਾਣਗੇ। ਇਹ ਸੱਚਾਈ ਹੈ, ਪਰਹੇਜ਼ ਕਰਿਓ। ਜਦੋਂ ਵੀ ਤੁਹਾਨੂੰ ਇਹ ਪੈਸਾ ਦੇਣਗੇ ਨਾ ਵੀ ਵੋਟਾਂ ਖਰੀਦਣੀਆਂ ਨੇ, ਉਦੋਂ ਜੁੱਤੀ ਲਾ ਲਿਓ। ਮੈਂ ਚੈਲੰਜ ਕਰਦਾ, ਜੇ ਬਾਦਲ ਪਰਿਵਾਰ ਮੈਨੂੰ ਕਹੇ ਨਾ ਵੀ ਆਹ ਚੱਕ 1 ਕਰੋੜ ਰੁਪਈਆ ਵੋਟ ਪਾ ਦੇ, ਮੈਂ ਕਹਿੰਦਾ ਉਹ 1 ਕਰੋੜ ਰੁਪਈਏ ਨੂੰ ਅੱਗ ਲਾ ਦੂੰ, ਮੈਂ ਸ਼ਰੇਆਮ ਕਹਿੰਦਾ, ਨਾਲੇ ਫਿਰ ਉਹ ਜੁੱਤੀ। ਇਹ ਸੱਚਾਈ ਹੈ। ਇਹ ਮੈਂ ਗੱਲ ਤਾਂ ਕੀਤੀ, ਮੈਨੂੰ ਇੱਕ ਬਜ਼ੁਰਗ ਮਾਤਾ ਨੇ ਦੱਸਿਆ, ਕਹਿੰਦੇ ਗੁਰਦੁਆਰੇ ਦੇ ਪੈਸਿਆਂ ਦੇ ਨਾਲ ਵੋਟਾਂ ਖਰੀਦ ਰਹੀ ਹੈ ਬੀਬਾ ਹਰਸਿਮਰਤ ਕੌਰ ਬਾਦਲ। ਇਹ ਜਿਹੜੀ ਬੇਨਤੀ ਕੀਤੀ ਹੈ ਨਾ, ਮੈਂ ਤਾਂ ਕੀਤੀ ਹੈ, ਇਹਨਾਂ ਨੂੰ ਪੰਜਾਬ ਦੇ ਨਾਲ ਕੋਈ ਦਰਦ ਨਹੀਂ, ਕੌਮ ਦੇ ਨਾਲ ਕੋਈ ਦਰਦ ਨਹੀਂ। ਜੇ ਪੰਜਾਬ ਦੇ ਲੋਕਾਂ ਨਾਲ, ਕੌਮ ਨਾਲ ਕੋਈ ਦਰਦ ਹੁੰਦਾ ਤਾਂ ਪੰਜਾਬ ਦੇ ਅੱਜ ਆਹ ਹਾਲਾਤ ਨਾ ਹੁੰਦੇ ਜਿਹੜੇ ਅੱਜ ਪੰਜਾਬ ਦੇ ਹਾਲਾਤ ਨੇ। ਇਹ ਬੇਨਤੀ ਪ੍ਰਵਾਨ ਕਰਿਓ, ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਬਾਦਲ ਪਰਿਵਾਰ, ਜਿਹੜਾ ਕਮਲਾ ਪਰਿਵਾਰ ਹੈ, ਉਹਦੇ ਤੱਕ ਪਹੁੰਚ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।